ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ, ਇੱਕ ਹੱਥ ਖੰਡਾ ਫੜਿਆ, ਇੱਕ ਹੱਥ ਮਾਲਾ ਫੜੀ, ਭਗਤੀ ਤੇ ਸ਼ਕਤ ਨੂੰ ਧਾਰਨ ਰੱਖਿਆ ਕੀਤਾ। ਇੱਕ ਹੱਥ ਖੰਡਾ ਇੱਕ ਹੱਥ ਮਾਲਾ ਰੂਪ ਛੇਵੀਂ ਸਰਕਾਰ ਦਾ, ਪਾਪੀਆਂ ਨੂੰ ਪੜ ਪੜ ਮਾਰੇ ਕਰਨ ਜਾਵੇ ਤਾਰ ਦਾ। ਇੱਕ ਹੱਥ ਖੰਡਾ ਇੱਕ ਹੱਥ ਮਾਲਾ ਰੂਪ ਛੇਵੀਂ ਸਰਕਾਰ ਦਾ, ਪਾਪੀਆਂ ਨੂੰ ਫੜ ਫੜ ਮਾਰੇ ਕਰਨ ਜਾਵੇ ਤਾਰ ਦਾ। ਇੱਕ ਹੱਥ ਖੰਡਾ ਇੱਕ ਹੱਥ ਮਾਲਾ ਬਣੀਆਂ ਸ਼ੇਰ ਸੂਰਮਾ ਕਿਧਰੇ ਰੰਗ ਫਕੀਰੀਏ, ਕਿਉਂ ਨਾ ਮੈਂ ਫਿਰ ਆਖਾਂ ਉਹਦੇ ਕੋਲ ਹੀ ਮੀਰੀ ਪੀਰੀਏ। ਕਿਧਰੇ ਕਿਸੇ ਦਾ ਖੁੱਲਾ ਦੁਸ਼ਮਣ ਕਿਧਰੇ ਬਸ ਪਿਆਰ ਦਾ, ਪਾਪੀਆਂ ਨੂੰ ਫੜ ਫੜ ਮਾਰੇ ਬਣ ਗਿਆ ਪਾਖੀ ਅੰਗਿਆਰਾਓ।